ਲੌਕਡਾਊਨ ਲੱਗੇਗਾ ਸੀਐਮਐਮ ਨੇ ਨਵੀਂ ਗਾਈਡਲਾਈਨਸ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਆਰਟਨ ਦੱਸਦੀ ਕਿ ਪੰਜਾਬ ਦੇ ਵਿੱਚ ਕੋਵਿਡ ਦਾ ਕਹਿਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ ਕੋਵਿਡ-19 ਨੇ ਔਰ ਇਸ ਦੇ ਨਾਲ ਹੀ 554 ਐਕਟਿਵ ਕੇਸਸ ਦੱਸੇ ਜਾ ਰਹੇ ਨੇ ਤਾਂ ਮੁੜ ਪੰਜਾਬ ਦੇ ਵਿੱਚ ਕੋਵਿਡ ਦਾ ਕਹਿਰ ਕਰੋਨਾ ਬਲਾਸਟ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦੇ ਮੱਦੇਨਜ਼ਰ ਸੀਐਮ ਮਾਨ ਨੇ ਕੋਵਿਡ ਨੂੰ ਲੈ ਕੇ ਨਵੀਂ ਗਾਈਡਲਾਈਨਸ ਜਾਰੀ ਕਰਨ ਦੇ ਆਦੇਸ਼ ਦਿੱਤੇ ਨੇ ਤਾਂ ਕਿ ਪੰਜਾਬ ਦੇ ਵਿੱਚ ਮੁੜ ਲਾਕਡਾਊਨ ਲੱਗੇਗਾ ਜਾਂ ਨਹੀਂ ਕਿਸ ਤਰ੍ਹਾਂ ਦੇ ਕਦਮ ਚੱਕੇਗੀ ਪੰਜਾਬ ਸਰਕਾਰ ਕੋਵਿਡ ਕੇਸਸ ਨੂੰ ਰੋਕਣ ਦੇ ਲਈ ਇਹ ਦੇਖਣਾ ਬੰਦ ਹੈ ਤਸੀਮਾਨ ਨੇ ਨਵੀਂ ਗਾਈਡਲਾਈਨਸ ਦੇ ਆਦੇਸ਼ ਦਿੱਤੇ ਨੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ ਔਰ 554 ਨਵੇਂ ਕੋਵਿਡ ਕੇਸ ਸਾਹਮਣੇ ਆਏ ਨੇ ਤਾਂ ਪੰਜਾਬ ਦੇ ਵਿੱਚ ਮੁੜ ਰਫ਼ਤਾਰ ਫੜ ਰਿਹਾ ਹੈ ਕੋਰੋਨਾ ਔਰ 24 ਘੰਟਿਆਂ ਦੌਰਾਨ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ 554 ਲੋਕਾਂ ਚ ਇਨਫੈਕਸ਼ਨ ਦੀ ਪੁਸ਼ਟੀ ਵੀ ਹੋਈ ਹੈ ਔਰ ਸਿਹਤ ਵਿਭਾਗ ਅਨੁਸਾਰ ਹੁਸ਼ਿਆਰਪੁਰ ਪਠਾਨਕੋਟ ਦੇ ਰੋਪੜ ਦੇ ਵਿੱਚ ਇੱਕ ਇੱਕ ਮਰੀਜ਼ ਦੀ ਕੋਵਿਡ ਨੇ ਜਾਨ ਲੈ ਲਈ ਹੈ। ਤਮੋਹਾਲੀ ਦੇ ਵਿੱਚ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਬਠਿੰਡਾ, ਪਟਿਆਲਾ, ਰੋਪੜ, ਐਸਬੀਐਸ ਨਗਰ, ਅੰਮ੍ਰਿਤਸਰ, ਕਪੂਰਥਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਤੇ ਮੋਗਾ ਦੇ ਵਿੱਚ ਸਭ ਤੋਂ ਵੱਧ ਮਾਮਲੇ ਵੇਖਣ ਨੂੰ ਮਿਲੇ ਨੇ ਕੋਵਿਡ-19 ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਸਖਤੀ ਵੀ ਵਰਤ ਸਕਦੀ ਹੈ ਤਾਂ ਮੁੱਖ ਮੰਤਰੀ ਨੇ ਕੋਵਿਡ ਦੇ ਵਧਰੇ ਮਾਮਲਿਆਂ ਬਾਰੇ ਸੇਧ ਵਿਭਾਗ ਦੀ ਸਮੀਖਿਆ ਮੀਟਿੰਗ ਦੇ ਵਿੱਚ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਹੈ ਮੁੱਖ ਮੰਤਰੀ ਨੇ ਵਿਭਾਗ ਨੂੰ ਮਹਾਮਾਰੀ ਰੋਕਣ ਲਈ ਸਾਵਧਾਨੀਆਂ ਵਰਤਣ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਵਿਵਸਥਾ ਕਰਨ ਲਈ ਕਿਹਾ ਹੈ ਔਰ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਵੀ ਆਖਿਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਮੁੱਢ ਮੁੱਢ ਕੋਵਿਡ ਬਲਾਸਟ ਹੁੰਦਾ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਨੇ ਮਲੇਰੀਆ ਤੇ ਡੇਂਗੂ ਵਰਗੀਆਂ ਬਰਸਾਤੀ ਮੌਸਮ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਔਰ ਉਹਨਾਂ ਨੇ ਵਿਭਾਗ ਨੂੰ ਕਿਹਾ ਕਿ ਇਹਨਾਂ ਬਿਮਾਰੀਆਂ ਦੇ ਨਾਲ ਸੱਜਣ ਲਈ ਟੁਕਵੀਂ ਮਾਤਰਾ ਦੇ ਵਿੱਚ ਦਵਾਈਆਂ ਤੇ ਹੋਰ ਜਿਹੜੇ ਵੀ ਸਮਾਨ ਨੇ ਉਹ ਯਕੀਨੀ ਬਣਾਏ ਜਾਣੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਮੁਹਾਲੀ ਦੇ ਵਿੱਚ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਬਠਿੰਡਾ ਪਟਿਆਲਾ ਰੋਪੜ ਐਸਪੀਐਸ ਨਗਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਕੋਵਿਡ ਮਾਮਲੇ ਪਾਈ ਗਏ ਨੇ ਇੱਕ ਦਿਨ ਦੇ ਵਿੱਚ ਪੰਜਾਬ ਦੇ ਵਿੱਚ 554 ਲੋਕਾਂ ਨੂੰ ਕੋਵਿਡ ਇਨਫੈਕਸ਼ਨ ਹੋਈ ਹੈ ਔਰ 24 ਘੰਟਿਆਂ ਦੌਰਾਨ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ ਤਾਂ ਕਰੋਨਾ ਨੇ ਮੁੜ ਰਫ਼ਤਾਰ ਫੜ ਲਈ ਹੈ ਔਰ ਇਸ ਨੂੰ ਲੈ ਕੇ ਸੀਐਮਐਨ ਨੇ ਨਵੀਂ ਗਾਈਡਲਾਈਨਸ ਜਾਰੀ ਕਰਨ ਦੇ ਆਦੇਸ਼ ਦਿੱਤੇ ਨੇ ਪੰਜਾਬ ਸਰਕਾਰ ਸਖਤੀ ਦੇ ਮੋੜ ਦੇ ਵਿੱਚ ਜਲਦ ਨਜ਼ਰ ਆ ਸਕਦੀ ਹੈ ਸਿਹਤ ਵਿਭਾਗ ਦੀ ਨਾਲ ਮੀਟਿੰਗ ਵੀ ਹੋਈ ਔਰ ਨਵੀਂ ਗਾਈਡਲਾਈਨਸ ਜਾਰੀ ਕਰਨ ਲਈ ਆਖਿਆ ਗਿਆ ਤਾਂ ਪੰਜਾਬ ਦੇ ਵਿੱਚ ਮੋੜ ਕਰੋਨਾ ਦਾ ਕਹਿਰ ਦਿਖਾਈ ਦੇ ਰਿਹਾ ਹੈ ਕੋਵਿਡ ਨੇ ਰਫਤਾਰ ਫੜ ਲਈ ਹੈ ਔਰ 24 ਘੰਟਿਆਂ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਨੇ ਤਾਂ ਤਿੰਨ ਕਰੋਨਾ ਮਰੀਜ਼ਾਂ ਦੀਆਂ ਮੌਤਾਂ ਹੋ ਗਈਆਂ ਨੇ ਔਰ 4.9% ਦੀ ਸਵੇ ਦੀ ਲਾਗਦਰ ਦਰਜ ਕੀਤੀ ਗਈ ਹੈ ਸਿਹਤ ਵਿਭਾਗ ਅਨੁਸਾਰ ਹੁਸ਼ਿਆਰਪੁਰ ਪਠਾਨਕੋਟ ਤੇ ਰੋਪੜ ਦੇ ਵਿੱਚ ਇੱਕ ਇੱਕ ਮਰੀਜ਼ ਦੀ ਮੌਤ ਹੋਈ ਹੈ ਕੋਵਿਡ-19 ਨੇ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਕਹਿ ਠਾਇਆ ਔਰ ਕਈ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰ ਖੋ ਲਏ ਇਸ ਦੌਰਾਨ ਲੋਕਾਂ ਨੇ ਆਕਸੀਜਨ ਦੀ ਕਮੀ ਕਰਕੇ ਕਈਆ ਕਈ ਮਰੀਜ਼ਾਂ ਨੂੰ ਹਸਪਤਾਲ ਨਹੀਂ ਮਿਲੇ ਡਾਕਟਰ ਨਹੀਂ ਮਿਲੇ ਜੋ ਉਹਨਾਂ ਦੀ ਦੇਖਭਾਲ ਕਰ ਸਕਣ ਤਾਂ ਕਈ ਲੋਕਾਂ ਦੀ ਅਸਵਿਚਾਰ ਜਾਨ ਚਲੇਗੀ ਦੂਸਰੀ ਵੇਵ ਵੀ ਆਪਣਾ ਕਹਿ ਟੌਂਦੀ ਹੈ ਪੰਜਾਬ ਦੇ ਪਟਿਆਲਾ ਦੇ ਵਿੱਚ ਸਭ ਤੋਂ ਵੱਧ ਕੋਵਿਡ ਕੇਸਸ ਨਜ਼ਰ ਆਉਂਦੇ ਨੇ ਔਰ ਹੁਣ ਇੱਕ ਵਾਰ ਫਿਰ ਕੋਵਿਡ ਨੇ ਰਫ਼ਤਾਰ ਫੜ ਲਈ ਹੈ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਔਰ ਜੇਕਰ ਪਿਛਲੇ ਦਿਨੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ 554 ਨਵੇਂ ਕੇਸ ਸਾਹਮਣੇ ਆਏ ਨੇ ਔਰ ਹੁਣ ਮਾਨ ਸਰਕਾਰ ਇਸ ਨੂੰ ਲੈ ਕੇ ਸਖਤੀ ਅਪਣਾ ਸਕਦੀ ਹੈ ਪੰਜਾਬ ਦੇ ਵਿੱਚ ਕੋਵਿਡ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਲਦ ਜਾਰੀ ਹੋ ਸਕਦੀਆਂ ਨੇ